ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੁਜਰਾਤ ਪੁੱਜੇ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਭਾਰਤੀ ਪਹਿਰਾਵੇ ਵਿੱਚ ਨਜ਼ਰ ਆਇਆ। ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦਾ ਗੁਜਰਾਤ ਪੁੱਜਣ 'ਤੇ ਜ਼ੋਰਾਂ ਸ਼ੋਰਾਂ ਦੇ ਨਾਲ ਸਵਾਗਤ ਹੋਇਆ। ਗੁਜਰਾਤ ਦਾ ਸੱਭਿਆਚਾਰਕ ਲੋਕ ਨਾਚ ਵੀ ਇਸ ਮੌਕੇ ਪੇਸ਼ ਕੀਤਾ ਗਿਆ। ਟਰੂਡੋ ਪਰਿਵਾਰ ਸਾਬਰਮਤੀ ਆਸ਼ਰਮ ਵੀ ਗਿਆ। ਉਨ੍ਹਾਂ ਨੇ ਗਲੇ ਵਿੱਚ ਖਾਦੀ ਦੇ ਹਾਰ ਪਹਿਨੇ ਅਤੇ ਟਰੂਡੋ ਦੀ ਪਤਨੀ ਸੋਫੀ ਨੇ ਉੱਥੇ ਚਰਖਾ ਵੀ ਕੱਤਿਆ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਦੇ ਤੌਰ 'ਤੇ ਟਰੂਡੋ ਪਹਿਲੀ ਵਾਰ ਭਾਰਤ ਆਏ ਨੇ। ਸ਼ਨੀਵਾਰ ਨੂੰ ਉਹ ਦਿੱਲੀ ਪੁੱਜੇ ਸਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪਰਿਵਾਰ ਅਤੇ 6 ਮੈਂਬਰੀ ਵਫਦ ਵੀ ਸੀ। ਟਰੂਡੋ ਨੇ ਪਰਿਵਾਰ ਸਮੇਤ ਐਤਵਾਰ ਨੂੰ ਤਾਜ ਮਹਿਲ ਦਾ ਵੀ ਦੀਦਾਰ ਕੀਤਾ, ਜਿਸ ਨੂੰ ਉਨ੍ਹਾਂ ਨੇ ਬਹੁਤ ਹੀ ਖਾਸ ਦੱਸਿਆ। ਟਰੂਡੋ 23 ਫਰਵਰੀ ਤੱਕ ਭਾਰਤ ਹੀ ਰਹਿਣਗੇ ਅਤੇ ਇਸ ਦੌਰਾਨ ਉਹ ਭਾਰਤ ਦੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਦੋ ਪੱਖੀ ਗੱਲਬਾਤ ਕਰਨਗੇ।